ਐਕਸਾਈਜ਼ ਵਿਭਾਗ ਨੇ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਨੂੰ ਕੀਤਾ ਸੀਲ। ਐਕਸਾਈਜ਼ ਵਿਭਾਗ ਨੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਟਿੱਬਾ ਵਿਖੇ ਸ਼ਰਾਬ ਦੇ ਗੋਦਾਮ ਵਿੱਚ ਪਈ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਨੂੰ ਸੀਲ ਕੀਤਾ ਹੈ। ਇਸ ਦੌਰਾਨ ਗੋਦਾਮ ਸੀਲ ਹੋਣ ਦੇ ਬਾਵਜੂਦ ਠੇਕੇ ਦੇ ਕਰਿੰਦੇ ਪਿਛਲੇ ਦਰਵਾਜ਼ੇ ਰਾਹੀਂ ਸ਼ਰਾਬ ਕੱਢ ਕੇ ਗੱਡੀਆਂ ਵਿੱਚ ਰੱਖ ਕੇ ਫਰਾਰ ਹੋ ਗਏ। ਇਸ ਸੰਬੰਧੀ ETO ਦੀਵਾਨ ਚੰਦ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸੀਲ ਕੀਤਾ ਸੀ, ਉਹਨੂੰ ਹੁਣ ਖੋਲ੍ਹ ਕੇ ਤੁਹਾਡੇ ਸਾਹਮਣੇ ਚੈੱਕ ਕੀਤਾ ਹੈ। ਇਹਦੇ 'ਚ ਜਿਹੜੀ ਗਿਣਤੀ ਕੀਤੀ ਗਈ ਹੈ ਸ਼ਰਾਬ ਦੀ, ਇਹ 5568 ਪੇਟੀ ਹੈ। 5368 ਫਸਟ ਚੁਆਇਸ ਬਿਸਕੀ PML 50 ਡਿਗਰੀ 2017-18 ਨਾਲ ਸੰਬੰਧਿਤ ਹੈ ਜੀ। ਲੀਗਲੀ ਠੇਕੇਦਾਰ 17-18 ਦਾ ਸ਼ਰਾਬ ਨੂੰ ਅੱਗੇ ਸਟੋਕ ਪੈਸੇ ਭਰ ਕੇ ਅੱਗੇ ਕੈਰੀ ਫੋਰਵਰਡ ਕਰ ਸਕਦਾ, ਕੈਰੀ ਫੋਰਵਰਡ 2 ਮਹੀਨਿਆਂ 'ਚ ਕਰ ਸਕਦਾ ਜੀ। ਬੈਚ ਫਰਵਰੀ ਦਾ ਬੈਚ ਹੈ ਜੀ, ਫਰਵਰੀ 2018 ਦਾ। ਇਹ ਤਾਂ ਠੇਕੇ 'ਤੇ ਪਈ ਹੈ, ਇਹਦੇ ਬਾਰੇ ਤਾਂ ਮੈਂ ਕੁਛ ਨਹੀਂ ਕਹਿ ਸਕਦਾ। ਠੇਕੇ ਪਤਾ ਲੱਗੇਗਾ ਗਿਣ ਕੇ ਜੀ, ਹੁਣ ਅਗਲੇ ਠੇਕੇ 'ਤੇ ਜਾਂਦੇ ਹਾਂ। ਦੇਖਦੇ ਹਾਂ ਜੀ, ਆਹ ਹੁਣ ਤੁਹਾਡੇ ਸਾਹਮਣੇ ਆਇਆ, ਉਹ ਆਪਾਂ ਇੱਥੇ ਗਿਣਤੀ ਕਰ ਰਹੇ ਸੀ, ਉਹਦੇ ਵੀ ਕਾਰਵਾਈ ਕਰਦੇ ਹਾਂ ਜੋ ਬਣਦੀ ਹੈ। ਅਤੇ ਮਾਨਯੋਗ ਕਲੈਕਟਰ ਨੇ ਸਾਡੇ ਐਕਸਾਈਜ਼ ਦੇ, ਕਿਉਂਕਿ ਸਾਡਾ ਲਾਇਸੈਂਸੀ ਹੈ, ਪੰਜਾਬ ਲਿਕੋ ਲਾਇਸੈਂਸ ਰੂਲ ਐਪਲੀਕੇਬਲ ਹੁੰਦਾ ਇਹਦੇ 'ਤੇ, ਉਹਦੇ ਮੁਤਾਬਕ ਅਸੀਂ ਕੇਸ ਬਣਾ ਕੇ ਭੇਜਾਂਗੇ ਜੀ। ਇਹਦਾ ਉਹ ਫੈਸਲਾ ਕਰਨਗੇ ਸ਼੍ਰੀ ਜਸਵਿੰਦਰ ਸਿੰਘ ਜੀ।